ਦੋਸਤੋ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਰੂਸ ਦੇ ਪ੍ਰਸਿੱਧ ਲੇਖਕ ਲੀਓ ਟੋਲਸਟਾਏ ਦੀ ਕਹਾਣੀ ਸ਼ੈਤਾਨ ਅਤੇ ਬ੍ਰੈਡ ਦਾ ਸੁੱਕਾ ਟੁਕੜਾ। ਇਹ ਕਹਾਣੀ 1886 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਅੰਗਰੇਜ਼ੀ ਕਹਾਣੀ ਦ ਇੰਪ ਐਂਡ ਦਾ ਕ੍ਰਸਟ ਤੋਂ ਇਸਦਾ ਪੰਜਾਬੀ ਅਨੁਵਾਦ ਕੀਤਾ ਹੈ ਬਲਰਾਜ ਧਾਰੀਵਾਲ ਨੇ। ਇੱਕ ਸਵੇਰ ਨੂੰ ਗਰੀਬ ਕਿਸਾਨ ਖੇਤਾਂ 'ਚ ਕੰਮ ਕਰ ਲਈ ਗਿਆ। ਨਾਸ਼ਤੇ ਵਾਸਤੇ ਉਸਨੇ ਆਪਣੇ ਨਾਲ ਬ੍ਰੈਡ ਦਾ ਇੱਕ ਸੁੱਕਾ ਟੁਕੜਾ ਲੈ ਲਿਆ। ਖੇਤ ਜਾ ਕੇ ਉਸਨੇ ਆਪਣਾ ਹਲ ਤਿਆਰ ਕੀਤਾ, ਬ੍ਰੈਡ ਦਾ ਟੁਕੜਾ ਆਪਣੇ ਕੋਟ 'ਚ ਲਪੇਟ ਕੇ ਝਾੜੀ ਦੇ ਥੱਲੇ ਰੱਖ ਦਿੱਤਾ ਅਤੇ ਕੰਮ 'ਤੇ ਲੱਗ ਗਿਆ। ਕੁਝ ਚਿਰ ਬਾਅਦ ਜਦੋਂ ਉਸਦਾ ਘੋੜਾ ਥੱਕ ਗਿਆ ਤਾਂ ਉਸਨੂੰ ਖੁਦ ਨੂੰ ਵੀ ਭੁੱਖ ਲੱਗੀ ਤਾਂ ਉਸਨੇ ਆਪਣਾ ਹਲ ਰੋਕਿਆ, ਘੋੜੇ ਨੂੰ ਘਾਹ ਚਰਨ ਲਈ ਛੱਡ ਦਿੱਤਾ ਅਤੇ ਆਪ ਨਾਸ਼ਤੇ ਵਾਸਤੇ ਕੋਟ ਵੱਲ ਗਿਆ। ਉਸਨੇ ਕੋਟ ਚੱਕਿਆ ਪਰ ਉਸ ਵਿੱਚ ਬ੍ਰੈਡ ਦਾ ਟੁਕੜਾ ਨਹੀਂ ਸੀ। ਉਸਨੇ ਵਾਰ ਵਾਰ ਕੋਟ ਨੂੰ ਦੇਖਿਆ, ਕੋਟ ਨੂੰ ਹਿਲਾਇਆ ਜੁਲਾਇਆ ਪਰ ਬ੍ਰੈਡ ਦਾ ਟੁਕੜਾ ਨਹੀਂ ਮਿਲਿਆ। ਇਸ ਗੱਲ ਦੀ ਸਮਝ ਕਿਸਾਨ ਨੂੰ ਉੱਕਾ ਹੀ ਨਾ ਲੱਗੀ ਕਿ ਉਸਦਾ ਬ੍ਰੈਡ ਦਾ ਟੁਕੜਾ ਕਿੱਧਰ ਚਲਾ ਗਿਆ। ਉਹ ਸੋਚਣ ਲੱਗਾ, ਕਿੰਨੀ ਅਜੀਬ ਗੱਲ ਹੈ, ਮੈਂ ਇੱਥੇ ਕਿਸੇ ਨੂੰ ਨਹੀਂ ਦੇਖਿਆ ਪਰ ਫਿਰ ਵੀ ਇੱਥੇ ਕੋਈ ਆਇਆ ਹੈ ਜੋ ਮੇਰਾ ਬ੍ਰੈਡ ਚੁਰਾ ਕੇ ਲੈ ਗਿਆ। ਦਰਅਸਲ ਜਦੋਂ ਕਿਸਾਨ ਹਾਲ ਚਲਾ ਰਿਹਾ ਸੀ ਤਾਂ ਉਸ ਪਲ ਉੱਥੇ ਝਾੜੀ ਦੇ ਉੱਲੇ ਇੱਕ ਸ਼ੈਤਾਨ ਬੈਠਾ ਹੋਇਆ ਸੀ ਅਤੇ ਉਸਨੇ ਉਸਦਾ ਬ੍ਰੈਡ ਦਾ ਟੁਕੜਾ ਚੁਰਾਇਆ ਸੀ। ਹੁਣ ਸ਼ੈਤਾਨ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਕਿਸਾਨ ਇਸ ਚੋਰੀ ਕਰਨ ਵਾਲੇ ਨੂੰ ਗਾਲਾਂ ਕੱਢੇ ਅਤੇ ਮੁਖੀਏ ਕੋਲ ਇਸ ਦੀ ਸ਼ਿਕਾਇਤ ਕਰੇ। ਕਿਸਾਨ ਨੂੰ ਆਪਣਾ ਨਾਸ਼ਤਾ ਉਗਾਉਣ ਦਾ ਦੁੱਖ ਤਾਂ ਸੀ ਪਰ ਉਸਨੇ ਕਿਹਾ, ਹੁਣ ਕਰ ਵੀ ਕੀ ਸਕਦੇ ਹਾਂ, ਮੈਂ ਭੁੱਖ ਨਾਲ ਮਰਨ ਤਾਂ ਨਹੀਂ ਲੱਗਾ। ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹਨੇ ਵੀ ਬ੍ਰੈਡ ਚੁਰਾਇਆ ਹੈ ਉਹਨੂੰ ਇਹਦੀ ਜ਼ਿਆਦਾ ਜ਼ਰੂਰਤ ਸੀ, ਰੱਬ ਉਹਦਾ ਭਲਾ ਕਰੇ। ਇਹ ਕਹਿ ਕੇ ਉਸਨੇ ਖੂਹ 'ਤੇ ਜਾ ਕੇ ਪਾਣੀ ਪੀਤਾ, ਥੋੜ੍ਹਾ ਚਿਰ ਆਰਾਮ ਕੀਤਾ ਅਤੇ ਫਿਰ ਆਪਣੇ ਘੋੜੇ ਨਾਲ ਖੇਤ ਵਾਹੁਣਾ ਸ਼ੁਰੂ ਕਰ ਦਿੱਤਾ। ਸ਼ੈਤਾਨ ਨੂੰ ਇਸ ਗੱਲ 'ਚ ਬੜੀ ਬੇਇੱਜ਼ਤੀ ਮਹਿਸੂਸ ਹੋਈ ਕਿ ਉਹ ਕਿਸਾਨ ਕੋਲੋਂ ਕੋਈ ਮਾੜਾ ਕੰਮ ਨਹੀਂ ਕਰਵਾ ਸਕਿਆ ਅਤੇ ਸਭ ਬਾਰੇ ਦੱਸਣ ਲਈ ਉਹ ਆਪਣੇ ਮਾਲਕ ਸ਼ੈਤਾਨਾਂ ਦੇ ਮੁਖੀਏ ਕੋਲ ਗਿਆ। ਉਹ ਮੁਖੀਏ ਕੋਲ ਆਇਆ ਤਾਂ ਉਸਨੇ ਦੱਸਿਆ ਕਿ ਕਿਵੇਂ ਉਸਨੇ ਕਿਸਾਨ ਦਾ ਬ੍ਰੈਡ ਦਾ ਟੁਕੜਾ ਚੁਰਾ ਲਿਆ ਸੀ ਅਤੇ ਕਿਸਾਨ ਨੇ ਉਸਨੂੰ ਕੋਈ ਸ਼ਰਾਬ ਦੇਣ ਦੀ ਬਜਾਏ ਉਸਦਾ ਭਲਾ ਸੋਚਿਆ। ਮੁਖੀਏ ਨੂੰ ਬੜਾ ਗੁੱਸਾ ਚੜ੍ਹਿਆ। ਉਸਨੇ ਜਵਾਬ ਦਿੱਤਾ, ਜੇ ਕਿਸਾਨ 'ਤੇ ਤੇਰੇ ਇਸ ਕਾਰਨਾਮੇ ਦਾ ਕੋਈ ਅਸਰ ਨਹੀਂ ਹੋਇਆ ਤਾਂ ਤੇਰਾ ਹੀ ਕਸੂਰ ਹੈ, ਤੈਨੂੰ ਆਪਣਾ ਕੰਮ ਹੀ ਨਹੀਂ ਕਰਨਾ ਆਉਂਦਾ। ਜੇ ਕਿਸਾਨ ਤਾਂ ਉਹਨਾਂ ਦੇ ਟੱਬਰ ਇੱਦਾਂ ਹੀ ਕਰਨ ਲੱਗ ਗਏ ਤਾਂ ਸਾਨੂੰ ਇਹਨਾਂ ਨੇ ਕੁਝ ਨਹੀਂ ਸਮਝਣਾ, ਇਹ ਗੱਲ ਇੱਦਾਂ ਨਹੀਂ ਛੱਡੀ ਜਾ ਸਕਦੀ, ਜਲਦੀ ਵਾਪਸ ਜਾ ਅਤੇ ਸਭ ਕੁਝ ਠੀਕ ਕਰ। ਜੇ 3 ਸਾਲਾਂ ਵਿੱਚ ਤੂੰ ਉਸ ਬੰਦੇ ਨੂੰ ਆਪਣੇ ਕਾਬੂ 'ਚ ਨਾ ਕਰ ਸਕਿਆ ਤਾਂ ਮੈਂ ਤੈਨੂੰ ਪਵਿੱਤਰ ਪਾਣੀ ਵਿੱਚ ਧੱਕਾ ਦੇ ਦੂੰਗਾ। ਸ਼ੈਤਾਨ ਡਰ ਗਿਆ, ਉਹ ਤਰਹਿ ਕੇ ਜਲਦੀ ਨਾਲ ਧਰਤੀ 'ਤੇ ਵਾਪਸ ਆ ਗਿਆ ਅਤੇ ਆਪਣੀ ਗਲਤੀ ਨੂੰ ਸੁਧਾਰਨ ਬਾਰੇ ਸੋਚਣ ਲੱਗਾ। ਸੋਚਦਿਆਂ ਸੋਚਦਿਆਂ ਉਸਨੂੰ ਇੱਕ ਤਰਕੀਬ ਸੁੱਝੀ। ਉਸਨੇ ਕਾਮੇ ਦਾ ਰੂਪ ਧਾਰ ਲਿਆ ਅਤੇ ਗਰੀਬ ਕਿਸਾਨ ਨਾਲ ਕੰਮ ਕਰਾਉਣ ਲੱਗ ਪਿਆ। ਪਹਿਲੇ ਸਾਲ ਉਸਨੇ ਕਿਸਾਨ ਨੂੰ ਸਿੱਲੀ ਥਾਂ 'ਤੇ ਫਸਲ ਬੀਜਣ ਲਈ ਕਿਹਾ। ਕਿਸਾਨ ਨੇ ਉਸਦੀ ਗੱਲ ਮੰਨੀ ਅਤੇ ਸਿੱਲੀ ਥਾਂ 'ਤੇ ਫਸਲ ਬੀਜ ਦਿੱਤੀ। ਸਾਰਾ ਸਾਲ ਮੀਂਹ ਨਾ ਪਿਆ ਅਤੇ ਸਾਰੇ ਕਿਸਾਨਾਂ ਦੀਆਂ ਫਸਲਾਂ ਸੂਰਜ ਦੀ ਗਰਮੀ ਨਾਲ ਸੜ ਗਈਆਂ, ਪਰ ਗਰੀਬ ਕਿਸਾਨ ਦੀ ਫਸਲ ਬੜੀ ਸੰਘਣੀ, ਲੰਮੀ ਅਤੇ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਵਾਲੀ ਹੋਈ। ਸਾਰਾ ਸਾਲ ਵਰਤ ਕੇ ਵੀ ਉਹਨਾਂ ਕੋਲ ਫਸਲ ਦੇ ਦਾਣੇ ਵਾਧੂ ਸਨ। ਅਗਲੇ ਸਾਲ ਸ਼ੈਤਾਨ ਨੇ ਕਿਸਾਨ ਨੂੰ ਪਹਾੜੀ ਉੱਪਰ ਫਸਲ ਬੀਜਣ ਦੀ ਸਲਾਹ ਦਿੱਤੀ। ਉਦੋਂ ਸਾਰੀਆਂ ਗਰਮੀਆਂ ਮੀਂਹ ਪੈਂਦਾ ਰਿਹਾ, ਹੋਰਾਂ ਲੋਕਾਂ ਦੀ ਫਸਲ ਥੱਲੇ ਵਿਛ ਗਈ ਅਤੇ ਖਰਾਬ ਹੋ ਗਈ, ਸਿੱਟੇ ਵੀ ਦਾਣਿਆਂ ਤੋਂ ਖਾਲੀ ਰਹਿ ਗਏ, ਪਰ ਕਿਸਾਨ ਦੀ ਫਸਲ ਜੋ ਪਹਾੜੀ 'ਤੇ ਉੱਗੀ ਸੀ ਉਹ ਬੜੀ ਭਰਮੀ ਹੋਈ। ਉਸ ਕੋਲ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਦਾਣੇ ਹੋ ਗਏ ਤਾਂ ਉਹਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਇੰਨਾ ਵਾਧੂ ਦਾਣਿਆਂ ਦਾ ਕੀ ਕਰੇ। ਫਿਰ ਸ਼ੈਤਾਨ ਨੇ ਕਿਸਾਨ ਨੂੰ ਦਾਣਿਆਂ ਨੂੰ ਫੇਕੇ ਉਸ ਤੋਂ ਸ਼ਰਾਬ ਬਣਾਉਣ ਦਾ ਤਰੀਕਾ ਦੱਸਿਆ। ਕਿਸਾਨ ਨੇ ਬੜੀ ਤੇਜ਼ ਸ਼ਰਾਬ ਬਣਾਈ, ਆਪ ਵੀ ਪੀਤੀ ਅਤੇ ਆਪਣੇ ਦੋਸਤਾਂ ਨੂੰ ਪਿਆਉਣ ਲੱਗਾ। ਸੋ ਸ਼ੈਤਾਨ ਆਪਣੇ ਮਾਲਕ ਭਾਵ ਸ਼ੈਤਾਨਾਂ ਦੇ ਮੁਖੀਏ ਕੋਲ ਗਿਆ ਅਤੇ ਬੜੇ ਮਾਣ ਨਾਲ ਉਸਨੂੰ ਦੱਸਿਆ ਕਿ ਉਸਨੇ ਆਪਣੀ ਹਾਰ ਦਾ ਬਦਲਾ ਲੈ ਲਿਆ ਏ। ਮੁਖੀਏ ਨੇ ਕਿਹਾ ਕਿ ਉਹ ਆਪ ਆ ਕੇ ਆਪਣੇ ਅੱਖੀਂ ਸਾਰਾ ਮਾਮਲਾ ਦੇਖੇਗਾ। ਸ਼ੈਤਾਨ ਮੁਖੀਆ ਉਸ ਕਿਸਾਨ ਦੇ ਘਰ ਆਇਆ ਅਤੇ ਉਸਨੇ ਦੇਖਿਆ ਕਿ ਕਿਸਾਨ ਆਪਣੇ ਅਮੀਰ ਗੁਆਂਢੀਆਂ ਨੂੰ ਘਰੇ ਬੁਲਾ ਕੇ ਉਹਨਾਂ ਨੂੰ ਸ਼ਰਾਬ ਪਿਲਾ ਰਿਹਾ ਏ। ਉਸਦੀ ਪਤਨੀ ਜੋ ਪ੍ਰਾਹੁਣਿਆਂ ਨੂੰ ਸ਼ਰਾਬ ਵਰਤਾ ਰਹੀ ਸੀ ਉਸਨੂੰ ਮੇਜ਼ ਨਾਲ ਠੇਡਾ ਲੱਗਣ ਕਾਰਨ ਸ਼ਰਾਬ ਦਾ ਇੱਕ ਗਲਾਸ ਡੁੱਲ ਗਿਆ। ਕਿਸਾਨ ਗੁੱਸੇ ਜਾ ਕੇ ਆਪਣੀ ਪਤਨੀ ਨੂੰ ਝਿੜਕਣ ਲੱਗਿਆ, ਤੂੰ ਆਪਣੇ ਆਪ ਨੂੰ ਸਮਝਦੀ ਕੀ ਹੈ, ਤੂੰ ਕੀ ਲੂਲੀ ਲੰਗੜੀ ਔਰਤ ਹੈ, ਐਡੀ ਵਧੀਆ ਚੀਜ਼ ਫਰਸ਼ 'ਤੇ ਡੋਲੀ ਜਾ ਰਹੀ ਹੈ, ਤੈਨੂੰ ਕੀ ਲੱਗਦਾ ਇਹ ਕੋਈ ਮਾਮੂਲੀ ਪਾਣੀ ਹੈ। ਸ਼ੈਤਾਨ ਨੇ ਆਪਣੇ ਮਾਲਕ ਨੂੰ ਕੂਹਣੀ ਨਾਲ ਹਿਲਾਇਆ ਅਤੇ ਕਿਹਾ, ਦੇਖੋ ਇਹ ਉਹੀ ਆਦਮੀ ਹੈ ਜਿਸ ਨੂੰ ਆਪਣੇ ਬ੍ਰੈਡ ਦਾ ਇੱਕ ਸੁੱਕਾ ਟੁਕੜਾ ਗੁਆਚਣ 'ਤੇ ਵੀ ਕੋਈ ਗੁੱਸਾ ਨਹੀਂ ਸੀ ਆਇਆ। ਕਿਸਾਨ ਜੋ ਅਜੇ ਵੀ ਆਪਣੀ ਪਤਨੀ ਨਾਲ ਗੁੱਸੇ ਹੋ ਰਿਹਾ ਸੀ ਉਸਨੇ ਆਪ ਹੀ ਸ਼ਰਾਬ ਵਰਤਾਉਣੀ ਸ਼ੁਰੂ ਕਰ ਦਿੱਤੀ। ਇੰਨੇ ਨੂੰ ਇੱਕ ਗਰੀਬ ਕਿਸਾਨ ਜੋ ਆਪਣੇ ਕੰਮ ਤੋਂ ਵਾਪਸ ਮੁੜ ਰਿਹਾ ਸੀ
बिना सदे ही अंदर आ गया। उसने सारे दुआ सलाम की, उत्थे बैठ गया तो देखा कि वह सारे पी रहे सन। वह दिन भर के कामों थकिया होया सी, उसका भी जी घुट पीन कर आया। वह बैठा रहा तो उसके मुँह च पानी आ गया, पर मेज़बान ने उसनू पीन थकी देनी सी, संगो बुड़बड़ाया, मैं इतने हर हरे गरे शराब नहीं पिया सकता। इसते मुखिया बड़ा खुश होया, पर शैतान हौली जी हसया तो कहन लगा, थोड़ी देर रुको, हले तो होर बहुत कुछ देखोगे। अमीर किसान ने ते मेज़बान ने भी पी ली, तो फिर उन्होंने एक दूजे को झूठिया तो फूक छकाउण वाली गल्लां शुरू कर दित्तियां। मुखिया सौंदा गया तो शैतान की प्रशंसा कर लग्या। वह कहन लग्या, जे शराब इन्हां नूं इन्ने खचरे बना दें कि वह एक दूजे को धोखा देने लग पैंदे आ तां छेती असीं सफल हो जाएंगे। शैतान ने कहा, हुणे देखियो की होगा, उन्होंने शराब दे एक दौर होर लै लैन दिओ, हुण लूंबड़ चालां नाल एक दूजे नूं नीवां दिखाउण की कोशिश कर रहे आ, पर हुणे तुसीं देखोगे कि इन्हां दा वर्तारा जालम बघियाड़ा वर्गा हो जाएगा। किसानां ने एक एक गिलास होर पीता तो उन्हां दा वतीरा होर भी जंगली ते माड़ा हो गया। हुण एक दूजे की झूठी तारीफ करन दी बजाए एक दूजे नूं गालां कढ़न लग पए ते धमकाउण लग पए। छेती ही वह लड़न लगे, हथों पाई भी हो गए। मेज़बान भी लड़ाई च शामिल हो गया तो उसका भी खूब कुटापा चाढ़िया गया। मुखिया देख के बहुत खुश होया, उसने कहा, आता सिरा लग गया। पर शैतान ने जवाब विच कहा, रुको, पिक्चर तो अजे बाकी है, इन्हां नूं तीजा गिलास पी लैन दिओ, हले तो यह बघियाड़ा वांगू लड़ रहे आ, पर एक एक गिलास होर पीन तो बाद यह जंगली सूरां वांगू लड़नगे। किसानां ने तीजा गिलास भी पी लिया तो बिल्कुल निर्दयी बन गए। वह बिना किसी की गल सुने बुड़बड़ाउण लगे तो एक दूजे ते चीकन लगे। पार्टी खिंड पुंड गई, कई जने इकले इकले, कई दो दो ते कई तीन तीन दे गुटां विच गली च डगमगाउण लगे। मेज़बान भी अपने परौणां नूं छड्डण लई तेजी नाल बाहर आया, पर वह मूँह भरने गंदे पानी वाले टोए च डिग पिया। वह सिर तों मूँह तक लिबड़ गया ते उत्थे ही सूर वांग घुर घुर करदा पिया रहा। यह देख के शैताना दा मुखी होर खुश होया, वह कहन लगा, शाबाश मुंडिया, तू उत्तम दर्जे की शराब बनाउण च सफल रहा है ते अपनी ब्रैड वाली गलती का बदला लै लिया, पर हुण तू मैनूं यह दस, तू यह शराब बनाई किवें? तू जरूर ही पहला लूंबड़ का लहू लिया होएगा, तो इसने किसानों नूं लूंबड़ वांग चालबाज बना दिता। फिर मेरा ख्याल है तू ये बघियाड़ा का लहू मिलाया होएगा, जिस नाल इन्हां नूं बघियाड़ा वर्गे भयंकर बना दिता, ते अखीर च तू जंगली सूरां का खून च मिलाया होगा, जिस कारण इन्हां दा वतीरा उन्हां जंगली सूरां वर्गा हो गया। शैतान कहन लग्या, ना ना, मैं तो इहो कुछ नहीं किया, मैं तो यह देखा कि किसान को दाने उहदी लोड़ तों वध हो गए। इंसान च हमेशा ही जंगली जानवरों वाला खून दौड़दा है, पर जिन्ना चिर उहदे कोल जरूरतां पूरियां करन वास्ते दाने हुंदे आ, यह खून अपनियां हद्दां च रहिंदा है। जो तक किसान कोल भी गुजारे जोगे दाने सी, उन्हें ब्रैड का टुकड़ा गुआचन ते भी गुस्सा नहीं किया, पर जदों उहदे कोल दाने वाधू बच गए तां उह इन्हां तों आनंद लैण दे तरीके लभण लग्या, ते मैं उसनू पीन दा आनंद दिखाया। जदों उहने अपने आनंद लई परमात्मा दे दित्ते तोहफ़िआं तों शराब बनाउणी शुरू कर दित्ती तां उसदे धुर अंदरों लूंबड़ दा, बघियाड़ दा ते जंगली सूर दा लहू बाहर आ गया। जे हुण इवें ही शराब पींदा गया तां हमेशा जंगली जानवर ही बनिया रहूगा। शैताना दे मुखिए ने शैतान की प्रशंसा की, उसकी पुरानी बज्जर गलती लई उसनू माफ़ भी कर दिता ते उहनू होर चौदा दे दिता।